ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ, ਸਵਾਗਤ ਤੁਹਾਡਾ ਨਵੀਂ ਵੀਡੀਓ 'ਚ। ਅੱਜ ਦੀ ਕਵਿਤਾ ਚੁੰਮ ਚੁੰਮ ਰੱਖੋ। ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰਦੀ, ਫੁੱਲਾਂ ਨਾਲ ਗੁੰਦੋ ਲੜੀ ਹੀਰਿਆਂ ਦੀ ਹਾਰਦੀ, ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ, ਚੰਨਾਂ ਦਿਆਂ ਚਿਹਰਿਆਂ 'ਤੇ ਚੰਨ ਮੁਸਕਾਉਣਗੇ, ਵਿਹੜਿਆਂ ਵਿੱਚ ਠਾਠਾ ਮਾਰੂ ਖੁਸ਼ੀ ਸੰਸਾਰ ਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰਦੀ। ਇੱਥੇ ਮਾਤਾ ਗੁਜਰੀ ਜੀ ਕਹਿ ਰਹੇ ਨੇ, ਇਹ ਇੱਕ ਜਿਹੜੀ ਆ ਕਵਿਤਾ ਕਿਸਦੀ ਆ, ਪਹਿਲਾਂ ਸਭ ਤੋਂ ਪਹਿਲਾਂ ਉਹ ਗੱਲ ਕਰਦੇ ਹਾਂ, ਕਵਿਤਾ ਨੰਦ ਲਾਲ ਨੂਰਪੁਰੀ ਦੀ ਆ, ਅਤੇ ਇਹ ਮਾਤਾ ਗੁਜਰੀ ਜੀ ਕਹਿ ਰਹੇ ਨੇ ਅਤੇ ਸਾਹਿਬਜ਼ਾਦਿਆਂ ਜੀ ਮਾਤਾ ਜੀ ਕਹਿ ਰਹੇ ਨੇ ਕਿ ਜਿਹੜੀ ਚੁੰਮ ਚੁੰਮ ਜਿਹੜੀ ਕਲਗੀ ਆ ਉਹ ਸੰਭਾਲ ਕੇ ਰੱਖੋ, ਫੁੱਲਾਂ ਨਾਲ ਗੁੰਦ ਕੇ ਰੱਖੋ ਹੀਰਿਆਂ ਦੇ ਹਾਰ, ਕਿਉਂਕਿ ਜਦੋਂ ਮੇਰੇ ਪੁੱਤ ਅਜੀਤ ਅਤੇ ਜੁਝਾਰ ਸਿਪਾਹੀ ਲੜ ਕੇ ਆਉਣਗੇ ਤਾਂ ਸਾਰਿਆਂ ਦੇ ਜਿਹੜੇ ਆ ਚਿਹਰਿਆਂ ਉੱਪਰ ਖੁਸ਼ੀ ਆਊਗੀ, ਚੰਨ ਵੀ ਮੁਸਕਾਉਣਗੇ, ਠਾਠਾ ਮਾਰੂਗੀ ਖੁਸ਼ੀ ਸੰਸਾਰ ਦੀ, ਇਸ ਕਰਕੇ ਇਸ ਕਲਗੀ ਨੂੰ ਸੰਭਾਲ ਕੇ ਰੱਖੋ। ਕੂਲੇ ਕੂਲੇ ਹੱਥ ਕਿਰਪਾਨਾਂ ਵਿੱਚ ਗੋਰੀਆਂ, ਕੱਲ੍ਹ ਨੇ ਸਵੇਰੇ ਜੂੜੀਆਂ ਮੈਂ ਤੋਰੀਆਂ। ਕਹਿੰਦੇ ਕਿ ਕੱਲ੍ਹ ਅਸੀਂ ਸਵੇਰੇ ਜੂੜੀਆਂ ਤੋਰੀਆਂ ਨੇ ਬਹੁਤ ਹੀ ਜ਼ਿਆਦਾ, ਕੂਲੇ ਕੂਲੇ ਹੱਥਾਂ ਦੇ ਵਿੱਚ ਕਿਰਪਾਨਾਂ ਜਿਹੜੀਆਂ ਨੇ ਉਹ ਲਿਸ਼ਕਦੀਆਂ ਸੀ, ਜਿਨ੍ਹਾਂ ਦਾ ਵਿਛੋੜਾ ਮੈਂ ਪਲ ਨਹੀਂ ਸਹਾਰਦੀ। ਮਾਤਾ ਜੀ ਕਹਿੰਦੇ ਨੇ ਕਿ ਮੈਂ ਕਦੇ ਵੀ ਇਹਨਾਂ ਦਾ ਵਿਛੋੜਾ ਜਿਹੜਾ ਨਹੀਂ ਸਹਾਰਦੀ, ਫਿਰ ਵੀ ਮੈਂ ਚੁੰਮ ਚੁੰਮ ਰੱਖ ਰਹੀ ਹਾਂ ਕਲਗੀ ਜੁਝਾਰਦੀ। ਘੋੜੀਆਂ ਦੇ ਪੌਣ ਜਦੋਂ ਕੰਨਾਂ ਵਿੱਚ ਵੱਜਦੇ, ਵੇਖਣ ਨੂੰ ਨੈਣ ਉਹ ਬੋਏ ਵੱਲ ਭੱਜਦੇ। ਕਹਿੰਦੇ ਜਦੋਂ ਵੀ ਕੋਈ ਵੀ ਘੋੜੀਆਂ ਦੇ ਜਿਹੜੇ ਪੌੜ ਨੇ ਕੰਨਾਂ ਵਿੱਚ ਵੱਜਦੇ ਤਾਂ ਇੱਦਾਂ ਲੱਗਦਾ ਕਿ ਜਿਵੇਂ ਅਜੀਤ ਅਤੇ ਜੁਝਾਰ ਲੜਾਈ ਲੜ ਕੇ ਵਾਪਸ ਆ ਗਏ ਨੇ। ਕਹਿੰਦੇ ਕਿ ਉਹਦੀ ਸਾਡੇ ਨੈਣ ਜਿਹੜੇ ਹੈਗੇ ਨੇ ਉਹ ਸਾਡੇ ਦਰਵਾਜ਼ੇ ਵੱਲ ਭੱਜਦੇ ਨੇ। ਲੂਹ ਵਿੱਚ ਭਿੱਜੀ ਘੋੜੀ ਵੇਖ ਭੱਬਾ ਮਾਰਦੀ, ਚੁੰਮ ਚੁੰਮ ਰੱਖੋ ਨੀ ਇਹ ਕਲਗੀ ਜੁਝਾਰਦੀ। ਕਹਿੰਦੇ ਕਿ ਜਿਹੜੀ ਲਹੂ ਵਿੱਚ ਭਿੱਜੀ ਘੋੜੀ ਆ ਜਿਹੜੀ ਉਹ ਭੁੱਬਾ ਮਾਰੀ ਆ, ਰੋ ਰਹੀ ਆ, ਕਿਉਂਕਿ ਸਾਰਿਆਂ ਨੂੰ ਪਤਾ ਅਜੀਤ ਅਤੇ ਉਹ ਜੁਝਾਰ ਸਾਹਿਬਜ਼ਾਦੇ ਜਿਹੜੇ ਨੇ ਉਹ ਜੰਗ ਵਿੱਚ ਸ਼ਹੀਦ ਹੋ ਗਏ ਸੀ। ਉਸ ਵਕਤ ਦੀ ਗੱਲ ਕੀਤੀ ਜਾ ਰਹੀ ਹੈ ਕਿ ਜਿਹੜੀ ਘੋੜੀ ਹੈ ਉਹ ਹੈਗੀ ਹੈ ਜਿਹੜੀ ਉਹ ਭੁੱਬਾ ਮਾਰ ਮਾਰ ਰੋ ਰਹੀ ਹੈ, ਕਿਉਂਕਿ ਉਹ ਲਹੂ ਨਾ ਭਿੱਜੇ, ਕਿਉਂਕਿ ਸਾਹਿਬਜ਼ਾਦੇ ਸ਼ਹੀਦ ਹੋ ਗਏ ਨੇ। ਲੱਗੇ ਹੋਏ ਕਾਠੀ ਉੱਤੇ ਲਹੂ ਏ ਦੱਸਿਆ, ਮਾਏ ਤੇਰਾ ਜੋੜਾ ਦਾਦੇ ਕੋਲ ਜਾ ਵਸਿਆ। ਇੱਥੇ ਕਹਿੰਦੇ ਕਿ ਜਿਹੜੀ ਕਾਠੀ ਆ ਘੋੜੇ ਦੀ ਉਹਦੇ ਉੱਪਰ ਖੂਨ ਜਿਹੜਾ ਲੱਗਿਆ ਹੋਇਆ ਉਹ ਬਿਲਕੁਲ ਸਾਫ਼ ਸਾਫ਼ ਸਾਨੂੰ ਇਹ ਦਰਸਾ ਰਿਹਾ ਵਾ ਕਿ ਜਿਹੜੇ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਉਹ ਆਪਣੇ ਦਾਦਾ ਜੀ ਕੋਲ ਸੱਚਖੰਡ ਚਲੇ ਗਏ ਨੇ, ਛੱਡ ਕੇ ਉਡੀਕ ਹੁਣ ਹੰਸਾਂ ਦੀ ਡਾਰ ਦੀ, ਚੁੰਮ ਚੁੰਮ ਰੱਖੋ ਨਹੀਂ ਇਹ ਕਲਗੀ ਜੁਝਾਰ ਦੀ। ਕਹਿੰਦੇ ਕਿ ਹੁਣ ਜਿਹੜੀ ਹੰਸ ਸੀਗੇ, ਜਾਣੀ ਕਿ ਅਜੀਤ ਜੁਝਾਰ ਜੀ ਦੀ ਗੱਲ ਕੀਤੀ ਗਈ ਆ, ਕਹਿੰਦੇ ਉਹ ਜਿਹੜੇ ਨੇ ਹੁਣ ਉਹਨਾਂ ਦੀ ਉਡੀਕ ਨੂੰ ਛੱਡ ਦਿਉ, ਹੁਣ ਇਹਨਾਂ ਦੀ ਕਲਗੀ ਨੂੰ ਸੰਭਾਲ ਕੇ ਰੱਖੋ। ਅਤੇ ਇਹ ਕਵਿਤਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆ ਤੁਹਾਡੇ ਲੈਸਨ, ਤੁਹਾਡੇ ਪਾਠ ਪੁਸਤਕ ਦੇ ਵਿੱਚ। ਹੁਣ ਅਸੀਂ ਇਹਨਾਂ ਦੇ ਕੁਸ਼ਚਨ ਆਂਸਰ ਕਰਦੇ ਹਾਂ, ਸ਼ਾਇਦ ਤੁਹਾਨੂੰ ਇਹਦੇ ਆਂਸਰ ਬੜੀ ਚੰਗੀ ਤਰੀਕੇ ਨਾਲ ਸਮਝ ਲੱਗ ਗਏ ਹੋਣੇ ਆ, ਇਹਨਾਂ ਦੇ ਜਿਹੜੇ ਵਿਆਖਿਆ ਮੈਂ ਕਰਵਾਈ ਆ ਤੁਹਾਨੂੰ ਚੰਗੀ ਤਰ੍ਹਾਂ ਸਮਝ ਲੱਗ ਗਈ ਹੋਣੀ ਆ। ਚੁੰਮ ਚੁੰਮ ਰੱਖੋ ਇਹ ਕਵਿਤਾ ਕਿਸ ਦੀ ਹੈ, ਨੰਦ ਲਾਲ ਨੂਰਪੁਰੀ ਦੀ ਪੁਸਤਕ ਵਿੱਚ ਸ਼ਾਮਲ ਨੰਦ ਲਾਲ ਨੂਰਪੁਰੀ ਦੀ ਕਵਿਤਾ ਦਾ ਸਿਰਲੇਖ ਲਿਖੋ, ਚੁੰਮ ਚੁੰਮ ਰੱਖੋ। ਠੀਕ ਹੈ, ਅੱਗੇ ਆ ਗਿਆ ਚੁੰਮ ਚੁੰਮ ਰੱਖੋ ਕਵਿਤਾ ਵਿੱਚ ਦਸਮ ਪਿਤਾ ਜੀ ਦੇ ਕਿਹੜੇ ਸਾਹਿਬਜ਼ਾਦੇ ਦੀ ਕਲਗੀ ਨੂੰ ਚੁੰਮ ਕੇ ਰੱਖਣ ਦਾ ਜ਼ਿਕਰ ਕੀਤਾ ਗਿਆ ਹੈ? ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ। ਠੀਕ ਹੈ, ਜੰਗ ਵਿੱਚ ਲੜ ਕੇ ਸਿਪਾਹੀ ਮੇਰੇ ਆਉਣਗੇ, ਇਸ ਤੁੱਕ ਵਿੱਚ ਕਵੀ ਜੰਗ ਵਿੱਚੋਂ ਕਿਸ ਦੇ ਆਉਣ ਦੀ ਗੱਲ ਕਰ ਰਹੇ ਹਨ? ਸਾਹਿਬਜ਼ਾਦਿਆਂ ਦੀ, ਮਤਲਬ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਦੀ, ਵੱਡੇ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਜਾ ਰਹੀ ਹੈ। ਕੂਲੇ ਕੂਲੇ ਹੱਥਾਂ ਵਿੱਚ ਕਿਹੋ ਜਿਹੀਆਂ ਕਿਰਪਾਨਾਂ ਫੜੀਆਂ ਹੋਈਆਂ ਨੇ? ਗੋਰੀਆਂ। ਲਹੂ ਵਿੱਚ ਭਿੱਜੀ ਘੋੜੀ ਭੁੱਬਾ ਮਾਰ ਰਹੀ ਹੈ, ਹਾਂ। ਘੋੜੀ ਦੇ ਪੌਣ ਜਦੋਂ ਕੰਨ ਸੁਣੇ ਵੱਜਦੇ, ਵੇਖਣ ਨੂੰ ਨੈਣ ਆਏ ਬੂਹੇ ਵੱਲ ਭੱਜਦੇ। ਚੁੰਮ ਚੁੰਮ ਰੱਖੋ ਕਵਿਤਾ ਵਿੱਚ, ਮਾਏ ਤੇਰਾ ਜੋੜਾ ਦਾਦੇ ਕੋਲ ਹੈ ਜਾਂ ਵਸਿਆ, ਤੁਕ ਅਨੁਸਾਰ ਜੋੜਾ ਕਿਸਦੇ ਕੋਲ ਚਲਿਆ ਗਿਆ ਹੈ? ਦਾਦੇ ਕੋਲ। ਠੀਕ ਹੈ,
ਚੁੰਮ ਚੁੰਮ ਰੱਖੋ ਕਵਿਤਾ ਦਾ ਕੇਂਦਰੀ ਭਾਵ, ਕਮੈਂਟ ਕਰਿਓ, ਨਹੀਂ ਤਾਂ ਆਪਾਂ ਤੁਹਾਨੂੰ ਨੈਕਸਟ ਵੀਡੀਓ 'ਚ ਇਹਦਾ ਕੇਂਦਰੀ ਭਾਵ ਕਰਵਾਵਾਂਗੇ। ਮਿਲਦੇ ਹਾਂ ਨਵੀਂ ਵੀਡੀਓ 'ਚ, ਧੰਨਵਾਦ।